ਆਵਾਰਾ ਕੁੱਤੇ ਪਿੱਛੇ ਪੈਣ ਦੇ ਨਾਲ ਮਾਂ ਤੇ ਬੇਟੀ ਸਕੂਟੀ ਸਮੇਤ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਤੇ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਔਰਤਾਂ ਜੋ ਕਿ ਦੱਸੀਆਂ ਜਾ ਰਹੀਆਂ ਨੇ ਕਿ ਮਾਂ ਤੇ ਬੇਟੀ ਹੈ ਤੇ ਇਸ ਦੇ ਨਾਲ ਹੀ ਪਿੱਛੇ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੇ ਆਵਾਰਾ ਕੁੱਤੇ ਭੱਜਦੇ ਨਜ਼ਰ ਆ ਰਹੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਉਹਨਾਂ ਦੇ ਮਗਰ ਪਏ ਤਾਂ ਉਹਨਾਂ ਦੀ ਸਕੂਟੀ ਅਚਾਨਕ ਹੀ ਡਰ ਦੇ ਕਾਰਨ ਬਿਕਾਬੂ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਸਕੂਟੀ ਸਿੱਧੇ ਹੀ ਆ ਕੇ ਇੱਕ ਘਰ ਦੀ ਦੀਵਾਰ ਦੇ ਨਾਲ ਵੱਜੀ ਤੇ ਖਾਸਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਤਾਂ ਦੱਸ ਦਈਏ ਕਿ ਮਨੀ ਮਾਜਰਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਵਾਰਾ ਕੁੱਤਿਆਂ ਦੇ ਕਾਰਨ ਮਾਂ ਤੇ ਬੇਟੀ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਗੰਭੀਰ ਸੱਟਾਂ ਇਨ੍ਹਾਂ ਦੋਵਾਂ ਦੇ ਜ਼ਰੂਰ ਲੱਗੀਆਂ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਆਵਾਰਾ ਕੁੱਤਿਆਂ ਦਾ ਆਤੰਕ ਹੈ ਇੱਕ ਦੂਸਰੀ ਕਲਾਸ ਦੇ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਦੀ ਵੀ ਸਦਮੇ ਦੇ ਕਾਰਨ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਉਸਦੇ ਪਿੱਛੇ ਕੁੱਤੇ ਪੈ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਪੈਨਿਕ ਅਟੈਕ ਆਉਂਦਾ ਹੈ ਤੇ ਉਸ ਤੋਂ ਬਾਅਦ ਉਹ ਸਦਮੇ ਦੇ ਵਿੱਚ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀਏ ਕਿ ਆਵਾਰਾ ਕੁੱਤਿਆਂ ਦੇ ਆਤੰਕ ਦੇਖਣ ਨੂੰ ਮਿਲ ਰਹੇ ਨੇ ਮਨੀ ਮਾਜਰਾ ਦੇ ਵਿੱਚ ਜਿੱਥੇ ਕੀ ਪਹਿਲਾਂ ਇੱਕ ਦੂਸਰੀ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਦੀ ਜਾਨ ਚਲੀ ਗਈ ਤਾਂ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮਨੀ ਮਾਜਰਾ ਦੇ ਇਲਾਕੇ ਦੀ ਜਿੱਥੇ ਕੀ ਅਵਾਰਾ ਕੁੱਤਿਆਂ ਨੇ ਹੁਣ ਮਾਂ ਬੇਟੀ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਗਨੀਮਤ ਰਹੀ ਕਿ ਉਹਨਾਂ ਨੇ ਸਕੂਟੀ ਮੋਕੇ ਤੋਂ ਭਜਾ ਲਈ ਪਰ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਇੱਕ ਦੀਵਾਰ ਦੇ ਨਾਲ ਜਾ ਟਕਰਾਈ ਹੈ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਆਵਾਰਾ ਕੁੱਤੇ ਪਿੱਛੇ ਪੈਣ ਦੇ ਨਾਲ ਮਾਂ ਤੇ ਬੇਟੀ ਸਕੂਟੀ ਸਮੇਤ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਤੇ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਔਰਤਾਂ ਜੋ ਕਿ ਦੱਸਿਆ ਜਾ ਰਹੀਆਂ ਨੇ ਕਿ ਮਾਂ ਤੇ ਬੇਟੀ ਐ ਤੇ ਇਸ ਦੇ ਨਾਲ ਹੀ ਪਿੱਛੇ ਦੇਖਿਆ ਜਾ ਸਕਦਾ ਕਿ ਉਹਨਾਂ ਦੇ ਆਵਾਰਾ ਕੁੱਤੇ ਭੱਜਦੇ ਨਜ਼ਰ ਆ ਰਹੇ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਉਹਨਾਂ ਦੇ ਮਗਰ ਪਏ ਤਾਂ ਉਹਨਾਂ ਦੀ ਸਕੂਟੀ ਅਚਾਨਕ ਹੀ ਡਰ ਦੇ ਕਾਰਨ ਬਿਕਾਬੂ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਸਕੂਟੀ ਸਿੱਧੇ ਹੀ ਆ ਕੇ ਇੱਕ ਘਰ ਦੀ ਦੀਵਾਰ ਦੇ ਨਾਲ ਵੱਜੀ ਤੇ ਖਾਸਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਤਾਂ ਦੱਸਦੀ ਹੈ ਕਿ ਮਨੀ ਮਾਜਰਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ आवारा कुत्त्यां ਦੇ ਕਾਰਨ ਮਾਂ ਤੇ ਬੇਟੀ ਹਾਫਸੇ ਦਾ ਸ਼ਿਕਾਰ ਹੋਈਆਂ ਨੇ ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਗੰਭੀਰ ਸੱਟਾਂ ਇਨ੍ਹਾਂ ਦੋਵਾਂ ਦੇ ਜ਼ਰੂਰ ਲੱਗੀਆਂ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਆਵਾਰਾ ਕੁੱਤਿਆਂ ਦਾ ਆਤੰਕ ਹੈ ਇੱਕ ਦੂਸਰੀ ਕਲਾਸ ਦੇ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਦੀ ਵੀ ਸਦਮੇ ਦੇ ਕਾਰਨ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਉਸਦੇ ਪਿੱਛੇ ਕੁੱਤੇ ਪੈ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਪੈਨਿਕ ਅਟੈਕ ਆਉਂਦਾ ਹੈ ਤੇ ਉਸ ਤੋਂ ਬਾਅਦ ਉਹ ਸਦਮੇ ਦੇ ਵਿੱਚ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਆਵਾਰਾ ਕੁੱਤਿਆਂ ਦੇ ਅਤੰਕ ਦੇਖਣ ਨੂੰ ਮਿਲ ਰਹੇ ਨੇ ਮਨੀ ਮਾਜਰਾ ਦੇ ਵਿੱਚ ਜਿੱਥੇ ਕੀ ਪਹਿਲਾਂ ਇੱਕ ਦੂਸਰੀ ਕਲਾਸ ਦੇ ਵਿੱਚ ਪੜਦੀ ਬੱਚੀ ਦੀ ਜਾਨ ਚਲੀ ਗਈ ਤਾਂ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮਨੀ ਮਾਜਰਾ ਦੇ ਇਲਾਕੇ ਦੀ ਜਿੱਥੇ ਕੀ ਆਵਾਰਾ ਕੁੱਤਿਆਂ ਨੇ ਹੁਣ ਮਾਂ ਬੇਟੀ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਗਨੀਮਤ ਰਹੀ ਕਿ ਉਹਨਾਂ ਨੇ ਸਕੂਟੀ ਮੋਕੇ ਤੋਂ ਭਜਾ ਲਈ ਪਰ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਇੱਕ ਦੀਵਾਰ ਦੇ ਨਾਲ ਜਾ ਟਕਰਾਈ ਅਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ